ਇਹ ਬਹੁਤ ਵਧੀਆ ਕੈਪ ਬਣੇਗੀ ਸਿਰਫ ਅੱਧੀ ਸ਼ੀਟ ਅਖਬਾਰ ਤੋਂ। ਪਹਿਲਾਂ ਇਸ ਨੂੰ ਅੱਧ ਵਿਚਕਾਰ ਤੇ ਫਿਰ ਚੌਥੇ ਹਿੱਸੇ ਵਿੱਚ ਮੋੜੋ। ਖੋਲੋ ਤੇ ਉੱਪਰੋਂ ਇਸ ਦੀ ਛੱਤ ਮੋੜੋ। ਇਸ ਛੱਤ ਨੂੰ ਮੋੜ ਕੇ ਸਤਹ ਦੇ ਵਿਚਕਾਰ ਲਗਾਓ। ਸਾਰਾ ਅਖਬਾਰ ਖੋਲੋ ਤੇ ਦੋਨੋਂ ਲੰਬੇ ਪਾਸੇ ਅੰਦਰ ਵੱਲ ਮੋੜੋ। ਪੇਪਰ ਨੂੰ ਘੁਮਾਓ ਤੇ ਅੱਧ ਵਿਚਕਾਰ ਤੋਂ ਮੋੜੋ। ਇਸ ਨਾਲ ਤਹਿ ਨਜ਼ਰ ਆਏਗੀ। ਛੱਤ ਫਿਰ ਤੋਂ ਮੋੜੋ ਤਾਂ ਕਿ ਤਹਿ ਪੱਕੀਆਂ ਹੋ ਜਾਣ। ਤ੍ਰਿਕੋਣਾਂ ਨੂੰ ਅੰਦਰ ਮੋੜ ਕੇ ਅਸਲੀ ਛੱਤ ਬਣੇਗੀ। ਦੂਸਰੇ ਪਾਸੇ ਵੀ ਇਹ ਦੁਹਰਾਓ। ਹੁਣ ਤੁਹਾਡੇ ਕੋਲ ਦੋਹਰਾ ਘਰ ਹੈ। ਉੱਪਰ ਵਾਲਾ ਪੇਪਰ ਫੜ ਕੇ ਇਸ ਨੂੰ ਅੱਧ ਵਿਚਕਾਰ ਲਿਆਓ ਤਾਂ ਕਿ ਦਰਵਾਜ਼ਾ ਬੰਦ ਹੋ ਜਾਏ। ਹੇਠਲਾ ਹਿੱਸਾ ਲਓ ਤੇ ਇਸ ਨੂੰ ਮੋੜ ਕੇ ਦੋਹਰਾ ਮੋੜੋ। ਫਲੈਪ ਲਓ ਤੇ ਇਹਨਾਂ ਨੂੰ ਤ੍ਰਿਕੋਣਾਂ ਵਿੱਚ ਮੋੜੋ। ਇਹ ਹੋਏਗਾ ਕੈਪ ਦਾ ਪਿਛਲਾ ਹਿੱਸਾ। ਪੇਪਰ ਨੂੰ ਮੋੜੋ ਤੇ ਦੋਨੋਂ ਕੋਨਿਆਂ ਨੂੰ ਅੱਧ ਤੱਕ ਮੋੜ ਦਿਓ। ਤਿੰਨ ਕੋਨਿਆਂ ਨੂੰ ਅੱਧ ਤੱਕ ਮੋੜੋ। ਇਹਨਾਂ ਤਿੰਨਾਂ ਕੋਨਿਆਂ ਤੇ ਟੇਪ ਲਗਾਓ। ਇਸ ਨੂੰ ਹੌਲੀ ਹੌਲੀ ਖੋਲ ਕੇ ਆਕਾਰ ਪ੍ਰਦਾਨ ਕਰੋ। ਲਓ, ਤੁਹਾਡੀ ਅਖਬਾਰ ਤੋਂ ਬਣੀ ਹੋਈ ਕ੍ਰਿਕਟ ਕੈਪ ਤਿਆਰ ਹੈ।